स्किल्स मेंटोर ई लर्निंग प्लेटफॉर्म तुहाड़ा स्वागत है। अज दी एक होर न्यूज़ जिहड़ी निकल के सामने आ रही है, अधीन सेवावां चोण बोर्ड ने एक फुल नोटिफिकेशन जारी किया है एक पोस्ट लई जिहदे बारे तुहानूं मैं दसांगा। मगर उस तो पहला जे तुहानूं साडे एफर्ट अच्छे लगते हैं तां वीडियो नूं लाइक कर देना, शेयर कर देना ते चैनल नूं सबसक्राइब कर देना। ते साडी सब तो पंजाब दी सब तो वड्डी ते सब तो ज़्यादा डाउनलोड करन वाली ऐप स्किल्स मेंटोर नूं जरूर डाउनलोड कर लेना जे तुहाने नहीं कीती। उत्ते तुहानूं वधेरे कोर्सेस देखण नूं मिलणगे। ਤਾਂ ਅੱਜ ਹੀ ਆਪਣੇ ਅਨਾਊਂਸਮੈਂਟ ਕੀਤੀ ਸੀ ਕਿ PSSSB ਕਰਕ ਦਾ ਫੁੱਲ ਕੋਰਸ ਮਤਲਬ ਲਾਂਚ ਹੋ ਚੁੱਕਾ ਹੈ, ਉਹਦੀ ਕਲਾਸਿਸ ਵੀ ਸਟਾਰਟ ਹੋਣ ਜਾ ਰਹੀ ਹੈ। ਤਾਂ ਜਿਹੜੇ ਬੱਚੇ ਨੇ ਹਲੇ ਤੱਕ ਜੁਆਇਨ ਨਹੀਂ ਕੀਤਾ ਉਹ ਜੁਆਇਨ ਕਰ ਸਕਦੇ ਨੇ। ਜਿਨ੍ਹਾਂ ਨੂੰ ਤਾਂ ਪਤਾ ਹੈ ਕਿ ਗਿਲਸ ਮਿੰਟੋ ਕਿਸ ਤਰ੍ਹਾਂ ਤਿਆਰੀ ਕਰਾਉਂਦਾ, ਉਹ ਬੱਚੇ ਤਾਂ ਜੁੜੇ ਹੋਏ ਨੇ। ਤਾਂ ਆਪਣੇ ਫਰੈਂਡਸ ਤੱਕ ਇਹ ਗੱਲਾਂ ਪਹੁੰਚਾਉਣਾ ਜ਼ਰੂਰ ਕਿ ਅਸੀਂ ਕਿਸ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਾਵਾਂਗੇ। ਅਸੀਂ ਆਲਰੇਡੀ ਨੈਬ ਤਹਿਸੀਲਦਾਰ ਦੀ ਵੀ ਅੱਛੇ ਤਰੀਕੇ ਨਾਲ ਤਿਆਰੀ ਕਰਾਈ ਹੈ, ਓਪਰੇਟਿਵ ਇੰਸਪੈਕਟਰ ਦੀ ਅੱਛੇ ਤਰੀਕੇ ਨਾਲ ਤਿਆਰੀ ਕਰਾਈ ਹੈ। ਈਵਨ ਕਿ ਪਿਛਲੇ ਐਗਜ਼ਾਮ ਜਿੰਨੇ ਵੀ ਹੋਏ ਨੇ ਸਾਡਾ ਰਿਕਾਰਡ ਕਾਫੀ ਅੱਛਾ ਰਿਹਾ। ਸਾਡੇ ਕੋਲ ਕੁਆਲੀਫਾਈਡ ਟੀਚਰਸ ਨੇ, ਉਹ ਸਾਰੇ ਅੱਛੇ ਤਰੀਕੇ ਨਾਲ ਤਿਆਰੀ ਕਰਾ ਰਹੇ ਨੇ। ਤਾਂ ਜੇ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਤਾਂ ਗਿਲਸ ਮੈਂਟੋਰ ਐਪ ਨੂੰ ਡਾਊਨਲੋਡ ਕਰ ਲਿਓ। ਹੁਣ ਮੈਂ ਗੱਲ ਕਰਨ ਜਾ ਰਿਹਾ ਅਧੀਨ ਸੇਵਾਵਾਂ ਚੋਣ ਬੋਰਡ ਨੇ ਜਿਹੜੀ ਪੋਸਟ ਬਾਰੇ ਦੱਸਿਆ ਉਹ ਹੈਗੀ ਸਰਵੇਅਰ ਦੀ, ਠੀਕ ਹੈ। ਸਰਵੇਅਰ ਦੀ ਗਰੁੱਪ ਸੀ ਦੀ ਪੋਸਟ ਹੈ, ਇਸ ਚੀਜ਼ ਨੂੰ ਤੁਹਾਨੂੰ ਧਿਆਨ 'ਚ ਰੱਖਣਾ। ਗਰੁੱਪ ਸੀ ਦੀ ਪੋਸਟ ਬਾਰੇ ਗੱਲ ਕਰਨ ਜਾ ਰਹੇ ਹਾਂ, 39 ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਡਨ। ਅਤੇ ਉਹਦੇ ਲਈ ਔਨਲਾਈਨ ਐਪਲੀਕੇਸ਼ਨ ਕਦੋਂ ਮੰਗੀ ਗਈ ਹੈ ਇਹ ਵੀ ਤੁਸੀਂ ਧਿਆਨ 'ਚ ਰੱਖ ਲਓ। 15 ਮਈ ਨੂੰ ਇਹਨਾਂ ਨੇ ਪੂਰਾ ਫੁੱਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਮਗਰ 17 ਮਈ ਤੋਂ ਹੀ ਔਨਲਾਈਨ ਐਪਲੀਕੇਸ਼ਨ ਸਟਾਰਟ ਹੋ ਜਾਣਗੀਆਂ। ਅਤੇ ਲਾਸਟ ਡੇਟ ਹੋਏਗੀ 17 ਜੂਨ, ਅਤੇ ਫੀਸ ਭਰਨ ਦੀ ਆਖਰੀ ਮਿਤੀ ਹੋਏਗੀ 22 ਜੂਨ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਹੁਣ ਮੈਂ ਗੱਲ ਕਰਦਾ ਇਹਨਾਂ 39 ਵੈਕੈਂਸੀ ਵਿੱਚੋਂ 14 ਜਨਰਲ ਦੀਆਂ ਨੇ, ਇਸ 'ਚੋਂ ਰਿਜ਼ਰਵ ਨੇ ਵੁਮਨ ਲਈ 4, ਇਸੇ ਤਰੀਕੇ ਨਾਲ ਐੱਸ ਸੀ ਦੀ 6 ਨੇ, ਠੀਕ ਹੈ। MBRO ਦੀਆਂ 3 ਨੇ, BCA ਦੀਆਂ 4 ਨੇ, ਠੀਕ ਹੈ। ਐਕਸ ਸਰਵਿਸਮੈਨ ਦੀਆਂ 4 ਨੇ, ਠੀਕ ਹੈ। ਸਪੋਰਟਸ ਦੀਆਂ 1 ਨੇ, ਫਿਜ਼ੀਕਲ ਹੈਂਡੀਕੈਪ ਦੀ 1 ਨੇ, ਠੀਕ ਹੈ। ਫਰੀਡਮ ਫਾਈਟਰ ਦੀ ਕੋਈ ਨਹੀਂ ਹੈ। ਇਕਨੋਮਿਕਲ ਵੀਕਰ ਸੈਕਸ਼ਨ ਦੀ 4 ਨੇ। ਜਿਸ 39 ਵਿੱਚੋਂ 13 ਜਿਹੜੀ ਵੈਕੈਂਸੀਸ ਆ ਉਹ ਵੁਮੈਨ ਲਈ ਰਿਜ਼ਰਵ ਨੇ, ਇਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਹੁਣ ਉਸ ਤੋਂ ਇਲਾਵਾ ਹੁਣ ਅੱਗੇ ਗੱਲ ਕਰ ਲੈਂਦੇ ਹਾਂ ਆਪਾਂ ਤਨਖਾਹ ਸਕੇਲ ਦਾ। ਫਿਰ ਇਹ 'ਚ ਅੱਛੀ ਤਨਖਾਹ ਹੈ ਜੇ ਤੁਹਾਨੂੰ ਮੈਂ ਦੱਸਣਾ ਚਾਹਾਂ, 25500, ਯਾਨੀ ਕਿ 25,500 ਰੁਪਏ ਤਨਖਾਹ, ਯਾਨੀ ਕਿ 25,500 ਰੁਪਏ ਤਨਖਾਹ ਹੈ, ਠੀਕ ਹੈ। ਅੱਛੇ ਲੈਵਲ ਦੀ ਤਨਖਾਹ ਹੈ, ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਇਹਨਾਂ ਵੈਕੈਂਸੀਜ਼ ਦੇ ਬਾਰੇ, ਦੈਨ ਅੱਗੇ ਜਿਵੇਂ ਇਹਨਾਂ ਵਾਲੇ ਗੱਲ ਕਰੋ, ਵਿੱਦਿਅਕ ਯੋਗਤਾ ਕੀ ਹੋਣੀ ਚਾਹੀਦੀ ਹੈ। ਇੱਕ ਤਾਂ ਤੁਹਾਡਾ ਮੈਟ੍ਰਿਕ ਪਾਸ ਹੋਣੇ ਚਾਹੀਦੇ ਨੇ, ਤੁਸੀਂ ਇਹ ਤੁਸੀਂ ਧਿਆਨ 'ਚ ਰੱਖਣਾ, ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਇੰਸਟੀਟਿਊਟ ਤੋਂ ਤੁਸੀਂ ਮੈਟ੍ਰਿਕਸ ਪਾਸ ਹੋਣੇ ਚਾਹੀਦੇ ਹੋ। ਦੂਜੀ ਗੱਲ ਉਹਨਾਂ ਨੇ ਡਿਪਲੋਮੇ ਦੀ ਗੱਲ ਕੀਤੀ ਹੈ, ਤੁਹਾਡਾ ਸਰਵੇਅਰ ਡਿਪਲੋਮਾ ਹੋਣਾ ਚਾਹੀਦਾ, ਠੀਕ ਹੈ। ਇਨ ਦਾ ਟ੍ਰੇਡ ਆਫ ਸਰਵੇਅਰ ਤੁਸੀਂ ਤਾਂ ਡਿਪਲੋਮਾ ਹੋਣਾ ਚਾਹੀਦਾ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਵਿੱਚੋਂ, ਕਿਸੇ ਵੀ ਰੈਕਗਨਾਈਜ਼ ਇੰਸਟੀਟਿਊਟ ਵਿੱਚੋਂ ਤੁਹਾਡਾ ਸਰਵੇਅਰ ਦਾ ਡਿਪਲੋਮਾ ਹੋਣਾ ਚਾਹੀਦਾ, ਡਨ। ਉਸ ਤੋਂ ਇਲਾਵਾ ਤੁਹਾਡੀ ਜਿਹੜੀ ਉਮਰ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, ਜੇ ਮੈਂ ਦੇਖਾਂ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਜੇ ਤੁਸੀਂ ਇਸ ਲਈ ਅਪਲਾਈ ਕਰਨਾ ਚਾਹੁੰਦੇ ਹੋ, ਡਨ। ਸੋ ਇਹ ਸੀ ਵੈਕੈਂਸੀਸ ਬਾਰੇ ਜਾਣਕਾਰੀ, ਤਾਂ ਸਿਲੇਬਸ ਵੀ ਜਲਦ ਅਪਲੋਡ ਹੋ ਜਾਵੇਗਾ। ਇਹਦੀ ਫੀਸ ਰਹੇਗੀ 1000 ਹੀ, ਮੋਸਟਲੀ ਯੂਨੀਵਰਸਲ ਫੀਸ ਹੈ ਇਹਨਾਂ ਸਾਰਿਆਂ ਦੀ, ਤੁਹਾਨੂੰ ਪਤਾ ਹੀ ਹੈ, ਡਨ। ਓਕੇ, ਤੁਸੀਂ ਧਿਆਨ 'ਚ ਰੱਖਣਾ ਇੱਕ MCQ ਹੋਏਗਾ, ਤੁਸੀਂ ਧਿਆਨ 'ਚ ਰੱਖਣਾ ਤੁਹਾਡਾ MCQ ਟੈਸਟ ਹੋਏਗਾ ਜਿਸ ਵਿੱਚੋਂ 40% ਮਾਰਕ ਲੈਣੇ ਜ਼ਰੂਰੀ ਹੋਣਗੇ, ਡਨ। ਓਕੇ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਹਾਂ, ਇਸ ਵਿੱਚ ਸਿੰਪਲ MCQ ਟੈਸਟ ਹੀ ਹੋਣਾ, ਉਸ ਤੋਂ ਬਾਅਦ ਨੋਰਮਲਾਈਜੇਸ਼ਨ ਇਸ ਵਿੱਚ ਹੋ ਸਕਦਾ ਹੈ, ਤੁਸੀਂ ਧਿਆਨ ਵਿੱਚ ਰੱਖਣਾ। ਸੋ ਇਹ ਸੀ ਨਿਊਜ਼ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਸੀ। ਬਾਕੀ ਇਸਦਾ ਜਿਹੜਾ ਫੁੱਲ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਫੁੱਲ, ਮਾਫ਼ ਕਰਨਾ, ਸਿਲੇਬਸ ਦਾ ਪਾਰਟ ਉਹ ਜਲਦ ਅਪਲੋਡ ਹੋ ਜਾਵੇਗਾ। ਸੋ ਥੈਂਕ ਯੂ ਵੈਰੀ ਮੱਚ, ਟੇਕ ਕੇਅਰ।